ਦੋਸਤੋ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਰੰਗ ਪੰਜਾਬ ਦੇ ਵਿੱਚ। ਹਾਜ਼ਰ ਹੈ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ। ਦੋਸਤੋ, ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਪੰਜਾਬ ਦੇ ਵੱਖੋ ਵੱਖਰੇ ਰੰਗ ਜਿਹੜੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ ਰਹੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਸਾਡੇ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਆਪਣੀ ਸ਼ਾਇਰੋ ਸ਼ਾਇਰੀ ਦੇ ਨਾਲ ਦਰਸ਼ਕਾਂ ਦਾ ਦਿਲ ਲੁਭਾਉਂਦੇ ਆ ਰਹੇ, ਮਨ ਪਰਚਾਵਾ ਕਰਦੇ ਆ ਰਹੇ ਰਾਜਵਿੰਦਰ ਰੰਡਿਆਲਾ ਜੀ ਨੂੰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਰਹੇ ਹਾਂ। ਰਾਜਵਿੰਦਰ ਰੰਡਿਆਲਾ ਦੀ ਖਾਸੀਅਤ ਇਹ ਹੈ ਕਿ ਉਹ ਬੇਸ਼ੱਕ ਪੰਜਾਬ ਛੱਡ ਅਮੈਰੀਕਾ ਦੇ ਵਿੱਚ ਜਾ ਕੇ ਰਹਿਣ ਲੱਗੇ ਨੇ, ਪਰ ਫਿਰ ਵੀ ਪੰਜਾਬ ਦੀਆਂ ਉਹ ਗੱਲਾਂ, ਸਾਡੇ ਵੱਡ ਵਡੇਰਿਆਂ ਦੀਆਂ ਕਹੀਆਂ ਹੋਈਆਂ ਗੱਲਾਂ, ਸਾਡੇ ਪੇਂਡੂ ਪਿਛੋਕੜ ਦੀਆਂ ਗੱਲਾਂ ਅਤੇ ਸਾਡੇ ਜਿਹੜੇ ਸੱਭਿਆਚਾਰ ਦੀਆਂ ਉਹ ਡੂੰਘੀਆਂ ਗੱਲਾਂ ਜਿਹੜੀਆਂ ਉਹ ਆਪਣੇ ਸ਼ੇਰੋ ਸ਼ਾਇਰੀ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਨੇ। ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਵੇਖਦੇ ਹੋ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ, ਅਤੇ ਰਾਜਵਿੰਦਰ ਰੰਡਿਆਲਾ ਦੀ ਅੱਜ ਇੱਕ ਅਜਿਹੀ ਪਹਿਚਾਣ ਬਣੀ ਕਿ ਉਹ ਇੱਕ ਬਤੌਰ ਕਬੱਡੀ ਕਮੈਂਟੇਟਰ ਤੋਂ ਇੱਕ ਲੋਕਾਂ ਦੇ ਲਈ ਇੱਕ ਸ਼ੇਰੋ ਸ਼ਾਇਰੀ ਦੇ ਜ਼ਰੀਏ ਇੱਕ ਅਜਿਹਾ ਮਨ ਪਰਚਾਵਾ ਉਸਦੀਆਂ ਰਚਨਾਵਾਂ ਬਣੀਆਂ ਕਿ ਲੋਕਾਂ ਨੇ ਉਸਨੂੰ ਬੜਾ ਪਿਆਰ ਦਿੱਤਾ। ਆਓ ਤੁਹਾਨੂੰ ਵੀ ਅੱਜ ਆਪਾਂ ਉਹਨਾਂ ਦੇ ਰੂਬਰੂ ਕਰੀਏ। ਬਾਈ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਬਾਈ, ਇੱਕ ਕਮੈਂਟੇਟਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਬੱਡੀ ਹੈ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਹੈ, ਇੱਕ ਕਮੈਂਟੇਟਰ ਬਣਨ ਦਾ ਸੁਪਨਾ ਜਿਹੜਾ ਰਾਜਵਿੰਦਰ ਨੇ ਕਿਵੇਂ ਕਦੋਂ ਲਿਆ ਸੀ? ਇਹ ਬਾਈ ਜੀ 2005 ਦੀਆਂ ਗੱਲਾਂ। ਸੋ ਮੈਨੂੰ ਸ਼ੌਂਕ ਸੀਗਾ ਕਬੱਡੀ ਦੇਖਣ ਦਾ ਬਹੁਤ ਜ਼ਿਆਦਾ। ਮੈਂ ਜਦੋਂ ਛੋਟਾ ਹੁੰਦਾ ਸੀ ਆਪਣੇ ਫਾਦਰ ਸਾਹਿਬ ਨਾਲ ਢੁੱਡੀ ਕੇ, ਮੇਰੇ ਨਾਨਕੇ ਪਿੰਡ, ਉੱਥੇ ਬੜੀ ਭਾਰੀ ਕਬੱਡੀ ਹੁੰਦੀ ਹੈ, ਉੱਥੇ ਦੇਖਣ ਜਾਂਦੇ ਹੁੰਦੇ ਸੀ। ਉਦੋਂ ਬੜਾ ਕਰੇਜ਼ ਸੀ, ਨਾਂ ਸੀ ਹਰਜੀਤ ਬਰਾੜ ਨੂੰ ਦੇਖਣ ਜਾਣਾ, ਮੈਂ ਫਾਦਰ ਸਾਹਿਬ ਦੇ ਨਾਲ ਜਾਂਦਾ ਹੁੰਦਾ ਸੀਗਾ। ਅਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਕਰ ਸਕਦਾ, ਮੇਰੀਆਂ ਗੱਲਾਂ ਦੇ ਵਿੱਚ ਉਹ ਗੱਲਾਂ ਸੀਗੀਆਂ ਕਬੱਡੀ ਵਾਲੀਆਂ। ਅਤੇ ਹੌਲੀ ਹੌਲੀ ਜਿਵੇਂ ਮੈਨੂੰ ਪਰਮਾਤਮਾ ਦੀਓ ਚਾਂਸ ਮਿਲਿਆ, ਅਤੇ ਸਭ ਤੋਂ ਪਹਿਲਾਂ ਜਿਹੜੀ ਇਹ ਮਤਲਬ ਕਬੱਡੀ ਦੀ ਕਮੈਂਟਰੀ ਆਪਣਾ ਘੋਰੀਏ ਪਿੰਡ ਮੈਂ ਕੀਤੀ, ਅਤੇ ਉੱਥੇ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ, ਫਿਰ ਹੌਲੀ ਹੌਲੀ ਜਿਹੜਾ ਅੱਜ ਤੱਕ ਜਾਰੀ ਹੈ ਜੀ। ਕਮੈਂਟਰੀ ਤੁਸੀਂ ਕਿੰਨੇ ਸਮੇਂ ਤੋਂ ਪੰਜਾਬ ਦੇ ਵਿੱਚ, ਜਾਣੀ ਟੂਰਨਾਮੈਂਟਾਂ 'ਤੇ ਕੀਤੀ, ਅਤੇ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਕੀਤੀ ਬਾਹਰ ਜਾਣ ਤੋਂ ਪਹਿਲਾਂ? ਪੰਜਾਬ ਦੇ ਵਿੱਚ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਕੀਤੀ, ਆਲਮੋਸਟ ਲਾਈਕ 2 ਸੀਜ਼ਨ ਕਹਿ ਸਕਦੇ ਹਾਂ ਆਪਾਂ। ਬਾਅਦ ਦੇ ਵਿੱਚ 2007 ਦੇ ਐਂਡ ਦੇ ਵਿੱਚ ਮੈਂ ਅਮੈਰੀਕਾ ਜਾ ਵੜਿਆ, ਫਿਰ ਉੱਥੇ ਜਿਹੜਾ ਇਹ ਦੌਰ ਆ ਜਾਰੀ ਰਿਹਾ ਹੁਣ ਤੱਕ ਜੀ। ਅੱਛਾ, ਜਦੋਂ ਤੁਸੀਂ ਕਮੈਂਟਰੀ ਕਰਦੇ ਸੀ ਉਦੋਂ ਜਿਹੜਾ ਲਿਖਣ ਦਾ, ਜਿਹੜੇ ਟੋਟਕੇ ਤੁਸੀਂ ਬੋਲਦੇ ਹੋ, ਇਹ ਉਦੋਂ ਵੀ ਲਿਖਦੇ ਸੀ ਜਾਂ ਉਸ ਤੋਂ ਬਾਅਦ ਕਿਤੇ ਜਾ ਕੇ ਇਹਨਾਂ ਦੀ ਸ਼ੁਰੂਆਤ ਹੋਈ? ਇਹ ਬਿੱਟੂ ਵੀਰੇ ਪਹਿਲਾਂ ਵੀ ਲਿਖਦਾ ਸੀਗਾ, ਅਤੇ ਜਦੋਂ ਇੱਥੇ ਮੈਚ ਲਾਉਂਦਾ ਸੀ, ਪਰ ਬਹੁਤ ਘੱਟ ਲਿਖੇ ਆ। ਜ਼ਿਆਦਾ ਜਾ ਕੇ ਜਦੋਂ ਮੈਂ ਬਾਹਰ ਚਲਾ ਗਿਆ ਅਮੈਰੀਕਾ, ਉੱਥੇ ਜਾ ਕੇ ਪਰਮਾਤਮਾ ਦੀ, ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ, ਉੱਥੇ ਜਾ ਕੇ ਬਹੁਤ ਕੁਛ ਲਿਖਿਆ। ਅੱਛਾ, ਜਦੋਂ ਆਪਾਂ ਕੋਈ ਚੀਜ਼ ਨਾਲ ਜੁੜਦੇ ਹਾਂ ਜਾਂ ਲਿਖਦੇ ਹਾਂ ਜਾਂ ਗਾਉਂਦੇ ਹਾਂ, ਕਲਾ ਜਿਹੜੀ ਉਹ ਕਲਾ ਹੀ ਹੁੰਦੀ ਹੈ, ਤੁਹਾਨੂੰ ਇਹ ਉਤਸ਼ਾਹ ਮਨ ਦੇ ਵਿੱਚ ਚੇਟਕ ਕਿਵੇਂ ਆਈ ਬਈ ਯਾਰ ਆਪਾਂ ਇਹ ਚੀਜ਼ ਨੂੰ ਲਿਖ ਸਕਦੇ ਹਾਂ, ਜੋੜ ਸਕਦੇ ਹਾਂ ਅਤੇ ਦਰਸ਼ਕਾਂ ਦੇ ਲਈ ਗਾ ਵੀ ਸਕਦੇ ਹਾਂ? ਇਹ ਜੀ, ਮੈਂ ਇੱਥੇ ਆਪਣੇ ਮੋਗੇ ਐਸ ਡੀ ਸਕੂਲ ਦੇ ਵਿੱਚ ਕਬੱਡੀ ਦਾ ਕੱਪ ਸੀਗਾ, ਮੈਂ ਉੱਥੇ ਦੇਖਣ ਗਿਆ ਐਜ਼ ਆ ਬਤੌਰ ਦਰਸ਼ਕ, ਅਤੇ ਉੱਥੇ ਕਬੱਡੀ ਦੇ ਮਹਾਨ ਬੁਲਾਰੇ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ, ਹੋਰ ਵੀ ਨਾਮੀ ਬੁਲਾਰੇ ਆਏ ਸੀਗੇ, ਅਕੈਡਮੀਆਂ ਦੇ ਮੈਚ ਸੀ, ਅਤੇ ਕੀਪਾ ਵਧਣੀ ਵਾਲਾ ਉਦੋਂ ਮੋਗੇ ਜ਼ਿਲ੍ਹੇ 'ਚ ਪਿੰਡ ਪੈਂਦਾ, ਇਹ ਰੇਡਰ ਉੱਠਿਆ ਸੀ, ਬੜਾ ਨਾਮੀ ਨਾਂ ਸੀ ਇਹਦਾ, ਅਤੇ ਮੈਨੂੰ ਬੈਠਣ ਨੂੰ ਲੈਣਾ ਆਈਆਂ, ਅਤੇ ਮੈਂ ਮਨ ਦੇ ਵਿੱਚ ਖਿਆਲ ਆਇਆ, ਅਤੇ ਮੈਂ ਇਹ ਮਤਲਬ ਬੋਲ ਤਾਂ ਸਕਦਾ ਨਹੀਂ ਸੀ ਉੱਥੇ, ਕਿਉਂਕਿ ਮੈਂ ਕਮੈਂਟੇਟਰ ਨਹੀਂ ਸੀ, ਨਾ ਮੇਰੀ ਪਛਾਣ ਸੀ ਉਦੋਂ ਕੋਈ, ਮੈਂ ਇੱਕ ਆਮ ਇਨਸਾਨ ਸੀ। ਅਤੇ ਮੈਂ ਪਰਚੀ ਦੇ ਲੈਣਾ ਲਿਖ ਕੇ ਕਿਸੇ ਸੱਜਣ ਕੋਲ ਭੇਜੀਆਂ, ਅਤੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੂੰ ਦਿੱਤੀਆਂ, ਉਹ ਲੈਣਾ ਉਹਨਾਂ ਨੇ ਬੋਲੀਆਂ ਸੀ ਕਿ ਕੰਬਦੀ ਆ ਧਰਤੀ 'ਤੇ ਜਾਫੀ ਖੜ੍ਹੇ ਡਰਦੇ, ਕੀਪਾ ਵਧਣੀ ਵਾਲਾ ਰੇਡ ਚੱਲਿਆ, ਲੋਕ ਗੱਲਾਂ ਕਰਦੇ। ਉਹਨਾਂ ਨੇ ਜਦੋਂ ਲੈਣਾ ਬੋਲੀਆਂ, ਅਤੇ ਮਤਲਬ ਆਏ ਲੋਕਾਂ ਨੂੰ ਲੱਗਿਆ ਕਿ ਕੀਪੇ 'ਤੇ ਲੈਣਾ ਬੋਲੀਆਂ, ਅਤੇ ਮੈਨੂੰ ਅੰਦਰੋਂ ਹੋਇਆ ਕਿ ਜੇ ਮੈਂ ਇਹ ਲੈਣਾ ਬੋਲਦਾ ਖਾਨੀ ਹੋਰ ਵਧੀਆ, ਕਿਉਂਕਿ ਲਿਖੀਆਂ ਮੇਰੀਆਂ ਸੀਗੀਆਂ, ਮੈਨੂੰ ਖੜ੍ਹੇ ਪੈਰ ਉੱਥੇ ਮਨ ਦੇ ਵਿੱਚ ਫੁਰਨਾ ਫੁਰਿਆ, ਸੋ ਉੱਥੋਂ ਮੈਨੂੰ ਲੱਗਾ ਕਿ ਮੈਂ ਕਰ ਸਕਦਾ, ਫਿਰ ਹੌਲੀ ਹੌਲੀ ਮੈਂ ਮਤਲਬ ਜਾਰੀ ਕਰਤਾ, ਮੇਲਿਆਂ 'ਤੇ ਜਾਣ ਲੱਗ ਗਿਆ ਜੀ। ਹਾਂਜੀ,
ਬਈ ਜਿਸ ਤਰ੍ਹਾਂ ਤੁਸੀਂ ਸ਼ੇਰੋ ਸ਼ਾਇਰੀ ਨਾਲ ਜੁੜ ਗਏ, ਟੋਟਕੇ ਤੁਹਾਡੇ ਜਿਹੜੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਏ, ਪਰ ਤੁਸੀਂ ਟਰੱਕਾਂ ਦੀ ਜ਼ਿਆਦਾ ਕਿਉਂ ਫੋਕਸ ਕਰ ਰਹੇ ਹੋ? ਇਹ ਟਰੈਕਿੰਗ ਜਿਹੜੀ ਹੈ ਜੀ, ਮੈਂ ਕਹਿ ਸਕਦਾ ਵੀ ਸਾਡੇ ਬਲੱਡ 'ਚ ਆਪਣੀ, ਅਸੀਂ 1979 ਤੋਂ ਲੈ ਕੇ ਗੱਡੀਆਂ ਦੇ ਵਿੱਚ ਹਾਂ। ਮੇਰੇ ਫਾਦਰ ਸਾਹਿਬ ਜਦੋਂ ਪਹਿਲਾਂ ਸਾਊਦੀ ਅਰਬ ਸੀਗੇ, ਬਾਅਦ 'ਚ ਇੰਡੀਆ ਆਏ, ਉਹਨਾਂ ਨੇ ਗੱਡੀਆਂ ਮਤਲਬ ਬਿਜ਼ਨਸ ਸਟਾਰਟ ਕੀਤਾ। 83 ਦਾ ਮੇਰਾ ਬਰਥ ਆ ਅਤੇ ਅਸੀਂ ਇੱਥੇ 2007 ਤੱਕ ਗੱਡੀਆਂ ਰੱਖੀਆਂ। ਸੋ ਪਰਿਵਾਰ ਦੇ ਵਿੱਚ ਇਹ ਚੀਜ਼ ਸੀਗੀ ਅਤੇ ਮੈਨੂੰ ਨਿੱਕੇ ਹੁੰਦੇ ਨੂੰ ਜਾਣੀ 90 ਤੋਂ ਲੈ ਕੇ ਬਹੁਤ ਸ਼ੌਂਕ ਸੀ। ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ, ਜਦੋਂ ਗੱਡੀਆਂ ਆਉਣੀਆਂ ਕਿਤੇ, ਅਤੇ ਸਾਨੂੰ ਇਹ ਹੁੰਦਾ ਸੀਗਾ ਕਿ ਆਪਾਂ ਨਾਲ ਚੱਲੀਏ, ਖਾਲੀ ਕਰਾ ਕੇ ਆਈਏ, ਜੇ ਕੰਮ ਕਰਾਉਣਾ ਇੱਥੇ ਗੱਡੀਆਂ ਦਾ ਅਸੀਂ ਨਾਲ ਲੱਗਣਾ। ਉਹ ਕਈ ਵਾਰ ਕੱਪੜੇ ਕਾਲੇ ਹੋ ਜਾਣੇ ਘਰਦਿਆਂ ਨੇ, ਗੁੱਸੇ ਵੀ ਹੋਣਾ ਵੀ ਤੁਹਾਡੀ ਪੜ੍ਹਨ ਦੀ ਉਮਰ ਆ ਤੁਸੀਂ ਇਹਨਾਂ ਕੰਮਾਂ 'ਚ। ਸੋ ਮੁੱਢ ਤੋਂ ਹੀ ਇਹ ਲਗਨ ਪਰਿਵਾਰ ਦੇ ਵਿੱਚ ਸੀ, ਪਰ ਜ਼ਿਆਦਾ ਮੈਂ 1997-98 ਤੋਂ ਜਾਣੀ ਮੈਂ ਟਰੈਕਿੰਗ ਦੇ ਵਿੱਚ ਡੀਪਲੀ ਗਿਆ ਟੋਟਲੀ, ਹਾਂਜੀ, ਜਿਹੜਾ ਹੁਣ ਤੱਕ ਜਾਰੀ ਹੈ ਜੀ। ਹਾਂਜੀ, 80 ਉੱਤੇ ਨਾਂ ਚੱਲਦਾ ਮੇਰਾ ਖਿਆਲ, ਤੁਸੀਂ ਜਿਹੜਾ ਪਹਿਲਾਂ ਪਹਿਲਾਂ ਤੁਹਾਡਾ ਟੋਟਕਾ ਆਇਆ ਸੀ ਜਿਹਦੇ ਨਾਲ ਤੁਸੀਂ ਦਰਸ਼ਕਾਂ ਦੇ ਵਿੱਚ ਲੋਕਾਂ 'ਚ ਪਹਿਚਾਣ ਬਣੀ ਸੀ, ਮੈਂ ਚਾਹੁੰਦਾ ਵੀ ਆਪਾਂ ਅੱਜ ਸ਼ੁਰੂਆਤ ਉੱਥੋਂ ਹੀ ਕਰ ਲਈਏ। ਹਾਂਜੀ, ਉਹ ਮੈਂ ਫ੍ਰਿਜਨੋ ਟੂਰਨਾਮੈਂਟ ਸੀ ਆਪਣੇ ਕੈਲੀਫੋਰਨੀਆ ਦੇ ਵਿੱਚ, ਅਤੇ ਉੱਥੇ ਆਪਾਂ ਲਾਈਵ ਬੋਲਿਆ ਸੀਗਾ ਅਤੇ ਮੁੰਡੇ ਕਬੱਡੀ ਵਾਲੇ ਉੱਥੇ ਪਾਸੇ ਜਿਹੜੇ ਖੜ੍ਹੇ ਸੀ ਉਹਨਾਂ ਨੇ ਰਿਕਾਰਡ ਕੀਤਾ। ਉਹਦੇ 'ਚ ਮੇਰੀ ਫੋਟੋ ਨਹੀਂ ਆਉਂਦੀ ਕਿਉਂਕਿ ਲਾਈਵ ਹੋਈ ਕਵਰੇਜ, ਕਿਸੇ ਨੇ ਆਵਾਜ਼ ਵਧੀਆ ਆਈ ਹੋਈ ਕਲੀਅਰ। ਸੋ ਜਿਹੜਾ ਸ਼ੇਅਰ ਸੀਗਾ ਉਹਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ ਸੀ, ਪਹਿਚਾਣ ਬਣੀ ਆਪਣੀ, ਅਤੇ ਉਹ ਇੱਕ ਸੀ ਵੀ ਵੱਖਰੀ ਚੀਜ਼ ਕਿਉਂਕਿ ਟਰੈਕਿੰਗ 'ਤੇ ਪਹਿਲਾਂ ਕਦੇ ਕਿਸੇ ਨੇ ਬੋਲਿਆ ਨਹੀਂ ਸੀ। ਅਤੇ ਉਹ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ। ਕਹਿੰਦਾ 550 ਦੀ ਕੈਟ ਦੇ ਨਾਲ 900 ਨਵਾਂ ਚੱਕਿਆ ਸਟੂਡੀਓ ਸਲੀਪਰ, ਕੈਲੀਫੋਰਨੀਆ ਟੱਪਣ ਸਾਰੀ 75 'ਤੇ ਕਰ ਦਈਦਾ ਮੀਟਰ, ਪਿੱਛੇ ਮੁੜ ਕੇ ਨਹੀਂ ਕਦੇ ਵੇਖਿਆ। ਜਦੋਂ ਤੁਰ ਪੈਂਦੇ ਹਾਂ ਸਰੀਲੈਂਸ ਤੋਂ ਲੱਦ ਕੇ 6 ਘੰਟੇ ਸੌਂਦੇ ਹਾਂ, 1100 ਮੀਲ ਕੱਢ ਕੇ ਪੈਟਰੋਲ ਤੋਂ ਟੈਂਕੀਆਂ ਨਾਸੀ ਕਰ ਲਈਦੀਆਂ, ਕਦੇ ਵੇਖਿਆ ਨਹੀਂ ਰੇਟ। ਸ਼ਿਕਾਗੋ ਮਿਸ਼ੀਗਨ ਪੈਨਸ਼ਦਵੀਨੀਆਂ ਅਸੀਂ ਬਣਾਤਾ ਖੇਤ, $3 ਮੀਲ ਨੂੰ ਜਾਂਦੇ ਹਾਂ, $3 ਕਦੇ ਫਲੀਟ ਨਹੀਂ ਖਿੱਚੇ ਮਾੜੇ, ਬੈਂਸਾਂ ਦਾ ਜੈਜੀ ਲਾਉਂਦਾ ਸਾਡਿਆਂ ਵਿਆਹਾਂ 'ਚ ਖਾੜੇ, ਮੁੰਡੇ ਦੀ ਪਾਰਟੀ ਹਰੇਕ ਹੀ ਕਰ ਦਿੰਦਾ ਸੀ, ਕੁੜੀਆਂ ਦੀਆਂ ਵੰਡੀਆਂ ਲੋਹੜੀਆਂ, ਰੀਕੈਪ ਦਾ ਕੰਮ ਨਹੀਂ, ਕੋਈ ਜੱਟ ਮਿਚਲਣ ਦੀਆਂ ਲਾਉਂਦੇ ਆ ਜੋੜੀਆਂ, ਬਾਈਪਾਸ ਮਿਲਦੇ ਆ ਸਾਨੂੰ ਬਾਈਪਾਸ, ਕਦੇ ਟਰੱਕ ਨਹੀਂ ਕੱਢੇ ਨੌਰਥ ਪਲੇਟੀ 'ਤੇ, ਟਾਟੇ ਬਿਰਲੇ ਜਿਹਦਾ ਨਾਂ ਚੱਲਦਾ ਰੰਡਿਆਲੇ ਵਾਲੇ ਦਾ 80 'ਤੇ। ਕਿਆ ਬਾਤ ਹੈ, ਕਿਆ ਬਾਤ ਹੈ, ਬਾਕੀ ਰੰਡਿਆਲੇ ਵਾਲੇ ਦਾ ਹੁਣ ਪੂਰਾ ਨਾਂ ਚੱਲਦਾ, ਕਿਰਪਾ ਜੀ ਮਾਲਕ, ਟਰੱਕਾਂ ਵਾਲੇ ਭਰਾ ਜ਼ਿਆਦਾ ਉਤਸ਼ਾਹ ਦੇ ਰਹੇ ਨੇ। ਹਾਂਜੀ ਹਾਂਜੀ, ਬਹੁਤ 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 ਸਪੋਰਟ ਆ ਜੀ। ਜੀ ਜੀ, ਰਾਜਵਿੰਦਰ, ਲਿਖਣ ਤੋਂ ਪਹਿਲਾਂ ਰੰਡਿਆਲੇ ਦਾ ਕੀ ਹੁੰਦਾ ਮਨ 'ਚ ਵੀ ਮੈਂ ਆਹ ਚੀਜ਼ ਲਿਖਣੀ ਆ, ਕਨਸੈਪਟ ਕਿਵੇਂ ਆਉਂਦਾ, ਆਈਡੀਆ ਕਿਵੇਂ ਆਉਂਦਾ? ਆਈਡੀਆ ਜੀ, ਜਿਵੇਂ ਆਪਾਂ ਬਿੱਟੂ ਵੀਰੇ ਰੋਜ਼ ਆਪਾਂ ਸਫ਼ਰ ਕਰਦੇ ਹਾਂ, ਉਹਦੇ ਵਿੱਚ ਮਨ ਦੇ ਵਿੱਚ ਖਿਆਲ ਆਉਂਦੇ ਆ, ਪਰ ਪਰਮਾਤਮਾ ਦੀ ਕਿਰਪਾ ਰਹੀ ਆ, ਚੰਗੇ ਵਿਊ ਆਏ ਆ, ਪੰਜਾਬ ਦੇ ਆਏ ਆ, ਪੰਜਾਬ ਦੀਆਂ ਗੱਲਾਂ ਆਈਆਂ, ਕੁਛ ਉਹ ਲਫ਼ਜ਼ ਆਏ ਜਿਨ੍ਹਾਂ ਤੋਂ ਆਪਾਂ ਦੂਰ ਹੋ ਗਏ, ਪਰ ਅੱਜ ਲੋਕ ਉਹਨਾਂ ਨੂੰ ਸੁਣਨਾ ਮੰਗਦੇ ਆ, ਪਰ ਸੁਣਾਉਣ ਵਾਲੇ ਘੱਟ ਆ। ਸੋ ਜਦੋਂ ਅਸੀਂ ਸੁਣਾਉਂਦੇ ਹਾਂ ਲੋਕ ਚੀਕ ਮਾਰਦੇ ਆ, ਤਾਂ ਪਤਾ ਲੱਗਦਾ ਕਿ ਲੋਕ ਜੁੜਨਾ ਚਾਹੁੰਦੇ ਆ ਪਰ ਬੰਦੇ ਮੂਹਰੇ ਸੁਣਾਉਣ ਵਾਲੇ ਘੱਟ ਆ। ਹਾਂਜੀ, ਤਾਂ ਇਹੀ ਆ ਵੀ ਟਰਾਈ ਰਹੀ ਆ ਕਿ ਵੱਧ ਤੋਂ ਵੱਧ ਪੰਜਾਬੀ ਜਿਵੇਂ ਠੇਠ ਹੀ ਬੋਲੀ ਜਾਵੇ। ਹਾਂਜੀ, ਇੱਕ ਤੁਸੀਂ ਅਕਸਰ ਆਪਣੀਆਂ ਰਚਨਾਵਾਂ ਤੋਂ ਬਾਅਦ ਸ਼ਬਦ ਦੀ ਵਰਤੋਂ ਕਰਦੇ ਹੋਗੇ MGR, ਉਹਦਾ ਕੀ ਭਾਵ ਆ, ਤੁਸੀਂ ਕੀ ਮਤਲਬ ਲੈਂਦੇ ਹੋ ਉਹਦੇ ਤੋਂ? ਇਹ ਜੀ ਰੰਡਿਆਲਾ MGR ਆਪਣਾ ਪੇਜ ਬਣਿਆ ਹੋਇਆ ਮੇਰਾ, ਫੈਨ ਫੋਲੋਅਰ, ਰੰਡਿਆਲਾ ਮੇਰਾ ਪਿੰਡ ਆ ਡਿਸਟ੍ਰਿਕਟ ਮੋਗੇ ਦੇ ਵਿੱਚ, ਅਤੇ MGR ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਹੋਰ ਵੀ ਬਥੇਰੇ ਸੱਜਣ ਮਿੱਤਰ ਹੀ ਪੁੱਛਦੇ ਰਹੇ ਆ ਵੀਰੀ ਫੁੱਲ ਫਾਰਮ ਕੀ ਆ, ਇਹ ਮੋਗਾ ਗੁਹਾਟੀ ਰੋਡਵੇਜ ਆ ਦੀ ਫੁੱਲ ਫਾਰਮ ਆ ਜੀ। ਹਾਂਜੀ, ਅਤੇ ਇਹ ਮੇਰੇ ਫਾਦਰ ਸਾਹਿਬ ਜਦੋਂ ਅਸੀਂ ਪਹਿਲਾਂ ਬਿਗਿਨਿੰਗ ਦੇ ਵਿੱਚ ਟਰੈਕਿੰਗ ਸਟਾਰਟ ਕੀਤੀ ਆ, ਉਹਨਾਂ ਦਾ ਨਾਨਕੇ ਪਿੰਡ ਸੀ ਝੰਡਿਆਣਾ, ਅਤੇ ਉੱਥੋਂ ਦੇ ਬੰਦੇ ਸੀ ਸਰਦਾਰ ਕਰਮ ਸਿੰਘ ਹੋਣੀ, ਜਿਨ੍ਹਾਂ ਦੀ ਇੱਕ ਕੰਪਨੀ ਸੀ, ਉਹਦੇ ਸੀ ਉਹਦੇ ਵਿੱਚ ਗੱਡੀਆਂ ਪਾਈਆਂ, ਅਤੇ ਉਦੋਂ ਦਾ ਲੋਗੋ ਜਿਹੜਾ ਹੁਣੇ ਚੱਲਦਾ ਆ ਰਿਹਾ ਜੀ ਹੁਣ। ਹਾਂਜੀ ਜੀ ਜੀ, ਰਾਜਵਿੰਦਰ ਵੀਰੇ, ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਅਮੈਰੀਕਾ ਦੇ ਵਿੱਚ ਮੇਰਾ ਖਿਆਲ ਪਹਿਲਾ ਮੈਚ ਬੋਲੇ ਸੀ, ਜੋ ਤੁਹਾਨੂੰ ਸੱਦਾ ਆਇਆ ਸੀ, ਉਹ ਜਿਹੜੀ ਘਟਨਾ ਆਪਾਂ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੀਏ, ਜਦੋਂ ਤੁਹਾਨੂੰ ਉਮੀਦ ਤੋਂ ਵੱਧ ਮੇਰਾ ਖਿਆਲ ਉੱਥੇ ਦਰਸ਼ਕਾਂ ਵੱਲੋਂ ਪਿਆਰ ਮਿਲਿਆ ਸੀ। ਹਾਂਜੀ, ਇਹ ਜੀ ਆਪਣੇ ਸੈਨੋਜੇ ਸੀਗਾ ਕੈਲੀਫੋਰਨੀਆ ਦੇ ਵਿੱਚ, ਅਤੇ ਆਪਣੇ ਇੱਥੇ ਮੋਗੇ ਰਹਿੰਦੇ ਆ ਬਾਈ ਦਵਿੰਦਰ ਸਿੰਘ ਜੀ ਰਣੀਆਂ, ਉਹ ਵੀ ਅਮੈਰੀਕਾ ਦੇ ਵਿੱਚ ਸੀਗੇ,
ਉਹਨਾਂ ਨੂੰ ਪਤਾ ਲੱਗ ਗਿਆ ਇੱਥੇ ਕਿ ਮੈਂ ਅਮਰੀਕਾ ਪਹੁੰਚ ਗਿਆ। ਉਹਨਾਂ ਨੇ ਮੈਨੂੰ ਸੁਣਿਆ ਸੀ ਹਰਜੀਤ ਬਰਾੜ ਕਬੱਡੀ ਕਲੱਬ ਯਾਦਗਾਰੀ ਕਬੱਡੀ ਕਲੱਬ ਦੇ ਧੱਲੇ ਕੇ, ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਰੰਡਿਆਲਾ ਪਹੁੰਚ ਗਿਆ, ਫਿਰ ਉਹਨਾਂ ਨੇ ਮੇਰਾ ਨੰਬਰ ਫਾਇੰਡ ਆਊਟ ਕੀਤਾ। ਫਾਇੰਡ ਆਊਟ ਕਰਕੇ ਨੰਬਰ 'ਤੇ ਮੈਨੂੰ ਕਹਿੰਦੇ ਵੀ ਸਨੋਜੇ ਟੂਰਨਾਮੈਂਟਾਂ 'ਤੇ ਤੂੰ ਆਉਣਾ। ਮੈਂ ਕਿਹਾ ਕੋਈ ਗੱਲ ਨਹੀਂ ਬਾਈ, ਕਿਉਂਕਿ ਸੀਨੀਅਰ ਸੀ ਬੰਦੇ, ਸਿਆਣੇ ਜਵਾਬ ਨਹੀਂ ਦੇ ਸਕਦੇ ਸੀ। ਰਾਈਟ ਵੇ ਤਾਂ ਮੈਂ ਹਾਂ ਕਰਤੀ, ਪਰ ਬਾਅਦ ਦੇ ਵਿੱਚ ਮੈਂ ਟਰੱਕ ਡਰਾਈਵ ਕਰਦਾ, ਮੈਂ ਸੋਚਾਂ ਵੀ ਆਪਣੀ ਲਈ ਇਹ ਨਵੀਂ ਧਰਤੀ ਆ, ਨਵੇਂ ਲੋਕ ਆ, ਅਤੇ ਆਪਣੀਆਂ ਗੱਲਾਂ ਉਹੀ ਪਿੰਡਾਂ ਵਾਲੀਆਂ, ਉਹੀ ਲਿਬਾਸ ਆ, ਵੀ ਪਤਾ ਨਹੀਂ ਲਾਈਕ ਕਰਨਗੇ ਕਿ ਨਹੀਂ ਕਰਨਗੇ। ਅਤੇ ਮੈਂ ਮੈਚ ਤੋਂ ਪਹਿਲਾਂ ਬਹੁਤ ਨਰਵਸ ਸੀ, ਅਤੇ ਫਸਟ ਟਾਈਮ ਗਿਆ ਸੀਗਾ। ਇੱਕ ਉੱਥੋਂ ਦਾ ਮਾਹੌਲ ਜਿਹੜਾ ਸੀਗਾ, ਉਹ ਬੰਦੇ ਜਿਵੇਂ ਹੁਣ ਆਪਾਂ ਨਵੇਂ ਗਏ ਹਾਂ, ਉਹ ਕੁਛ ਗੱਲਾਂ ਇੰਗਲਿਸ਼ 'ਚ ਕਰਦੇ ਆ, ਅਤੇ ਮੈਂ ਕਿਹਾ ਵੀ ਆਪਣਾ ਤਾਂ ਸਾਰਾ ਮਸਾਲਾ ਹੀ ਦੇਸੀ ਆ। ਹਾਂਜੀ, ਅਤੇ ਪਰ ਉਹ ਜੀ ਜਦੋਂ ਬੋਲਿਆ, ਲੋਕਾਂ ਨੇ ਜਿਹੜਾ ਪਿਆਰ ਸਤਿਕਾਰ ਦਿੱਤਾ, ਮੈਂ ਕਹਿੰਦਾ ਆਈ ਕੈਂਟ ਐਕਸਪਲੇਨ ਇਟ, ਇੰਨਾ ਪਿਆਰ ਸਤਿਕਾਰ ਦਿੱਤਾ। ਔਰ $100, $200, ਮੇਰਾ ਉਹ ਜ਼ਿੰਦਗੀ ਦਾ ਪਹਿਲਾ ਮੈਚ ਸੀ ਅਮਰੀਕਾ ਦੇ ਵਿੱਚ। ਬੜੇ ਬੰਦੇ ਮੈਥੋਂ ਨੰਬਰ ਲੈ ਕੇ ਗਏ ਉੱਦਣ, ਬਾਈ ਨੰਬਰ ਦੇ ਸਾਡੇ ਨਾਲ ਕੰਟੈਕਟ ਕਰ। ਫਿਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਸਾਰੇ ਵੱਡੇ ਮੇਲੇ, ਵੱਡੇ ਕੱਪ ਲਾਉਂਦੇ ਰਹੇ ਆਪਾਂ, ਪਹਿਲ ਦੇ ਆਧਾਰ 'ਤੇ ਆਪਾਂ ਨੂੰ ਸੱਦੇ ਆਉਂਦੇ ਜੀ ਖੁਦ ਉਹਨਾਂ ਅੰਗਰੇਜ਼ੀ ਬੋਲਣ ਲੱਗੇ ਅਤੇ ਹੁਣ ਉਹ ਹਾਂਜੀ ਲੋੜ ਜੋਗੀ ਬੋਲੀ ਜਾਈਦੀ ਆ, ਕਿਉਂਕਿ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੁੰਦੇ। ਹਾਂਜੀ, ਇਹਨੇ ਸਭ ਕੁਛ ਦਿੱਤਾ, ਇਹਦੀ ਬਦੌਲਤ ਅੱਜ ਇੱਥੇ ਖੜ੍ਹੇ ਹਾਂ, ਜਿੱਥੇ ਲੋੜ ਆ ਉੱਥੇ ਬੋਲੀ ਦੀ ਆ। ਪਰ ਇਹ ਨਹੀਂ ਕਿ ਬਗੈਰ ਮਤਲਬ, ਪਹਿਲਾਂ ਤਰਜੀਹ ਪੰਜਾਬੀ ਨੂੰ। ਮੇਰਾ ਖਿਆਲ ਕਮੈਂਟਰੀ ਦੇ ਸਮੇਂ ਦੌਰਾਨ ਤਾਂ ਤੁਹਾਨੂੰ ਉਹਨਾਂ ਨਾਲ ਜਿਹੜੀ ਚੀਜ਼ ਤੁਹਾਨੂੰ ਮਿਲਣੀ ਚਾਹੀਦੀ ਸੀ ਨਹੀਂ ਮਿਲੀ, ਜਿੰਨੀ ਤੁਹਾਨੂੰ ਇਹ ਸ਼ੇਰੋ ਸ਼ਾਇਰੀ ਨੇ ਦਿੱਤੀ। ਹਾਂਜੀ, ਬਹੁਤ ਫਰਕ ਆ ਜੀ ਇਹਦੇ ਵਿੱਚ ਕਮੈਂਟਰੀ, ਕਿਉਂਕਿ ਕਮੈਂਟਰੀ ਹੈ ਕਈ ਵਾਰ ਮੇਲੇ ਰਹਿ ਜਾਂਦੇ ਆ, ਉੱਕ ਜਾਂਦੇ ਆ, ਜਾਂ ਕਈ ਵਾਰ ਤੁਸੀਂ ਜਿਹੜੇ ਮੈਚ 'ਤੇ ਤੁਸੀਂ ਖੁੱਲ੍ਹ ਕੇ ਬੋਲਣਾ ਹੁੰਦਾ ਤੁਹਾਨੂੰ ਉਹ ਮੈਚ ਨਹੀਂ ਮਿਲਦਾ, ਰਾਈਟ? ਤਾਂ ਜਿਹੜੀ ਇਹ ਜਿਹੜੀ ਆਪਣਾ ਸ਼ੇਰੋ ਸ਼ਾਇਰੀ ਆ, ਇਹ ਤੁਹਾਡੇ ਹੱਥ ਆ। ਜਦੋਂ ਤੁਹਾਡਾ ਸਾਰਾ ਚੈਪਟਰ ਪੂਰਾ ਹੋ ਗਿਆ, ਦੈਨ ਤੁਸੀਂ ਜਦੋਂ ਤੁਹਾਡੀ ਮਰਜ਼ੀ ਤੁਸੀਂ ਫੇਸਬੁੱਕ 'ਤੇ ਉਹਨੂੰ ਪਾ ਸਕਦੇ ਹਾਂ। ਹਾਂਜੀ, ਰਾਜਵਿੰਦਰ ਵੀਰੇ, ਜਦੋਂ ਆਪਾਂ ਕੋਈ ਚੀਜ਼ ਬੋਲਦੇ ਹਾਂ, ਗਾਉਂਦੇ ਹਾਂ, ਮੈਂ ਇੱਕ ਚੀਜ਼ ਸੋਚਦਾ ਸੀ ਕਿ ਲਿਖਣ ਵਾਲਾ ਵੀ ਇਹ ਕਹਿ ਦਿੰਦਾ ਕਿ ਮੈਨੂੰ ਆਮਦ ਹੋਈ, ਮੈਂ ਲਿਖ ਲਿਆ। ਬੋਲਣ ਵਾਲਾ ਵੀ ਇਹ ਸੋਚ ਲੈਂਦਾ ਕਿ ਮੈਂ ਚਲੋ ਲਿਖਿਆ ਸੀ, ਮੈਂ ਯਾਦ ਕਰਕੇ ਗਾਤਾ ਜਾਂ ਬੋਲਤਾ। ਪਰ ਉਹ ਆਪਾਂ ਜਿਹੜੀ ਦਿਮਾਗ ਦੇ ਵਿੱਚ ਕੋਈ ਚੀਜ਼ ਘਟਨਾ ਵੇਖਦੇ ਹਾਂ ਤਾਂ ਜੁੜਦਾ, ਤੁਹਾਨੂੰ ਇਹ ਮਾਰਗਦਰਸ਼ਨ ਕਿਹਨੇ ਕੀਤਾ, ਤੁਸੀਂ ਕਿਹਦੇ ਤੋਂ ਪ੍ਰੇਰਿਤ ਹੋ, ਅਤੇ ਕਿੱਥੋਂ ਇਹ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਉਣ ਲੱਗਿਆ ਕਿ ਰਾਜਵਿੰਦਰ ਇਹ ਪੰਜਾਬ ਦੀਆਂ ਜਾਂ ਪੰਜਾਬੀਆਂ ਦੀਆਂ ਗੱਲਾਂ ਲਿਖੇ? ਇਹ ਬਿੱਟੂ ਵੀਰੇ, ਉਦੋਂ ਮੇਰੀ 13 ਸਾਲ ਦੀ ਏਜ ਸੀਗੀ, 1996 ਦੀਆਂ ਗੱਲਾਂ, 96 ਦੀਆਂ। ਉਦੋਂ ਆਪਾਂ ਗੱਡੀਆਂ ਪਾਈਆਂ ਨਵੀਆਂ ਮਰੂਤੀ ਲੀਵਰ, ਅਤੇ ਅਸੀਂ ਦਮਦਮਾ ਸਾਹਿਬ ਲੈ ਕੇ ਗਏ। ਅਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਗੱਡੀਆਂ 'ਚ ਮੇਰਾ ਰੁਝਾਨ ਬਹੁਤ ਸੀ। ਮੈਂ ਸਕੂਲੋਂ ਆ ਕੇ ਮੈਨੂੰ ਇਹੀ ਹੁੰਦਾ ਸੀ ਕਿ ਟਰੱਕਾਂ ਕੋਲ ਚੱਲ ਗਏ, ਬਾਹਰ ਡਰਾਈਵਰਾਂ ਕੋਲ ਬੈਠੇ ਰਹਿਣਾ, ਗੱਡੀਆਂ ਨਾਲ ਬਾਲਸ਼ ਮਾਰੀ ਜਾਣੀ। ਅਤੇ ਟਰੈਕਿੰਗ ਜਿਹੜਾ ਇਹ ਫੀਲਡ ਸੀਗਾ ਪੜ੍ਹਾਈ ਦਾ, ਉਹਦੇ 'ਚ ਮੈਂ ਪਿੱਛੇ ਪੈਣ ਲੱਗ ਗਿਆ ਸੀਗਾ, ਕਿਉਂਕਿ ਪਿਆਰ ਗੱਡੀਆਂ ਨਾਲ ਜ਼ਿਆਦਾ ਵੱਧ ਗਿਆ। ਅਤੇ ਮੈਂ ਪੜ੍ਹਾਈ ਫਿਰ ਕਿੰਨੀ ਕੁ ਕਰ ਲਈ ਸੀ? ਪੜ੍ਹਾਈ ਜੀ ਮੈਂ BA ਸੈਕਿੰਡ ਈਅਰ 'ਚ ਹਟਿਆ। ਅੱਛਾ, ਹਾਂਜੀ। ਪਰ ਜਿਹੜੀ ਸਹੀ ਮਿਹਨਤ 'ਚ ਮੈਂ ਦਿਲੋਂ ਕੀਤੀ ਆ, ਉਹ ਮੈਂ ਸਿਰਫ 9ਵੀਂ ਤੱਕ ਕੀਤੀ ਆ। ਬਾਅਦ 'ਚ ਮੈਨੂੰ ਮਤਲਬ ਘਰ ਦੇ ਭੇਜਦੇ ਰਹੇ ਆ, ਪਰ ਦਿਲੋਂ ਨਹੀਂ ਗਏ। ਹਾਂਜੀ, ਲਾਲਚ ਦੇ ਕੇ ਵੀ ਜੇ ਤੈਨੂੰ 10ਵੀਂ 'ਚੋਂ ਤੂੰ ਦੂਜੀ ਪੋਜੀਸ਼ਨ ਆ ਗਈ, ਤੂੰ ਵੀ, ਤੈਨੂੰ ਵੀ ਸਕੂਟਰ ਲੈ ਦਿਆਂਗੇ, ਤੂੰ ਵੀ ਸਕੂਟਰ 'ਤੇ ਜਾ ਵੜਿਆ ਕਰੀ, ਇੱਦਾਂ ਦੀਆਂ ਗੱਲਾਂ। ਅਤੇ ਮੈਂ ਕਹਿੰਦਾ ਹੁੰਦਾ ਸੀ ਕਿ ਨਹੀਂ ਬਈ, ਆਪਾਂ TC ਪਾਉਣੀ ਆ, ਆਪਾਂ ਬਾਹਰ ਜਾ ਕੇ ਘੋੜੇ ਚਲਾਉਣੇ, ਟਰਾਲੇ ਚਲਾਉਣੇ। ਹਾਂਜੀ, ਉਹ ਫਿਰ ਜਦੋਂ 96 'ਚ ਅਸੀਂ ਦਮਦਮਾ ਸਾਹਿਬ ਲੈ ਕੇ ਗਏ ਗੱਡੀਆਂ, ਅਤੇ ਉੱਥੇ ਗੁਰੂ ਸਾਹਿਬ ਦੇ 10ਵੇਂ ਪਾਤਸ਼ਾਹ ਦੇ ਵਾਕ ਹੋਏ ਆ, ਗੁਰਦੁਆਰਾ ਲਿਖਣਸਰ ਬਣਿਆ ਹੋਇਆ, ਉਹਨਾਂ ਦੇ ਵਾਕ ਆ ਕਿ ਇਹ ਸਾਡੀ ਕਾਸ਼ੀ ਆ, ਸਾਡੀ ਇਹ ਖਾਲਸੇ ਦੀ ਯੂਨੀਵਰਸਿਟੀ ਆ, ਇੱਥੋਂ ਜਿਹੜੇ ਬੰਦੇ ਆ, ਬੱਚੇ ਆ ਕੇ ਜਾਂ ਕੋਈ ਵੀ ਭਾਵੇਂ ਸਿਆਣੀ ਉਮਰ ਦਾ ਬੰਦਾ ਆ ਕੇ ਇੱਥੇ ਇੱਥੇ ਸ਼ਰਧਾ ਨਾਲ ਗੁਰਮੁਖੀ ਲਿਖੂਗਾ, ਉਹਦੇ ਗਿਆਨ 'ਚ ਵਾਧਾ ਹੋਊਗਾ, ਨੌਲੇਜ ਵਧੂਗੀ। ਅਤੇ ਮੈਂ ਜੀ, ਮੈਂ ਉਹ ਜਿਹੜੇ ਬਚਨ ਸੀਗੇ ਵਾਕ, ਉਹਨਾਂ 'ਤੇ
ਸ਼ਰਧਾ ਸੀ ਜੀ ਜੀ। ਮੈਂ ਇਸ ਕਰਕੇ ਗੁਰਮੁਖੀ ਲਿਖੀ ਕਿ ਸ਼ਾਇਦ ਮੈਂ ਪੜ੍ਹਾਈ ਦੇ ਵਿੱਚ ਹੋਰ ਗਰੋਅ ਕਰ ਜੂੰਗਾ। ਨੌਵੀਂ ਤੋਂ ਲੈ ਕੇ ਜਿਹੜੀ ਬ੍ਰੇਕ ਲੱਗੀ ਸੀ ਉਹ ਚੱਲ ਚਲੋ ਫੇਰ ਫੂਲ ਹੁੰਦੇ ਆ, ਗਾਣਾ ਤੋਂ ਬਾਅਦ ਜਾ ਕਰਾਂਗੇ, ਪਾਸ ਹੋ ਜਾ ਕਰਾਂਗੇ ਜੀ ਜੀ। ਉਹ ਮੇਰੀ ਸ਼ਰਧਾ ਸੀ, ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਫਿਰ ਮੈਨੂੰ ਮਤਲਬ ਹੁਣ ਇਹੀ ਆ ਕਿ ਮੈਂ ਉੱਥੇ ਲਿਖਿਆ ਕਰਕੇ ਦਮਦਮਾ ਸਾਹਿਬ, ਉਹਦੀ ਸਾਰੀ ਇਹ ਜਿਹੜੀ ਮਹਾਰਾਜ ਦੀ ਕਿਰਪਾ, ਉਹ ਗੁਰਮੁਖੀ ਤੋਂ ਸਾਰਾ ਕੁਛ ਮਿਲਿਆ। ਸਹੀ ਮਿਹਨਤ ਚ ਮੇਰਾ ਜਿਹੜਾ ਸਕੂਲ ਆਪਾਂ ਹੀ ਕਹਿ ਸਕਦੇ ਹਾਂ ਵੀ ਦਮਦਮਾ ਸਾਹਿਬ ਹੈ ਜੀ ਜੀ। ਹਾਂਜੀ, ਰਾਜਵਿੰਦਰ ਅੰਡਿਆਲਾ ਜੇ ਪੰਜਾਬੀਆਂ ਦੇ ਰੂਬਰੂ ਹੋਇਆ ਹੋਵੇ ਅਤੇ ਪੰਜਾਬੀਆਂ ਦੀ ਗੱਲ ਨਾ ਕਰੇ, ਕਿਵੇਂ ਹੋ ਸਕਦਾ? ਮੈਂ ਚਾਹੂੰਗਾ ਕੁਛ ਜਿਹੜਾ ਤੁਹਾਡਾ ਇਹ ਜਿਹੀ ਲਿਖਤ ਆ ਜਿਹੜੀ ਤੁਸੀਂ ਅਕਸਰ ਪੰਜਾਬੀਆਂ 'ਤੇ ਵੀ ਤੁਸੀਂ ਗੱਲ ਕਰਦੇ ਰਹਿੰਦੇ ਹੋ, ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੀਏ। ਹਾਂਜੀ, ਪੰਜਾਬੀਆਂ 'ਤੇ ਆਪਾਂ ਸਮੇਂ ਸਮੇਂ 'ਤੇ ਲਾਈਵ ਦੇ ਜ਼ਰੀਏ ਵੀ ਕਰਦੇ ਰਹੇ ਹਾਂ ਔਰ ਸ਼ੇਅਰ ਵੀ ਪਾਉਂਦੇ ਰਹੇ ਹਾਂ। ਕੁਛ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਅਣਖੀ ਪੁੱਤ ਤੁਸੀਂ ਦਸ਼ਮੇਸ਼ ਦੇ ਸੂਰਮੇ, ਦੁਨੀਆਂ ਜਾਣਦੀ ਆ ਤੁਹਾਡੇ ਜੇਰੇ ਨੂੰ, ਧੂ ਕੇ ਤਲਵਾਰਾਂ ਮਿਆਨ 'ਚੋਂ ਤੁਸੀਂ ਤੋੜਿਆ ਬੈਰੀ ਦੇ ਘੇਰੇ ਨੂੰ, ਕੁਰਬਾਨੀ ਤੁਹਾਡੀ ਨੂੰ ਸਾਰਾ ਜੱਗ ਜਾਣਦਾ, ਮੈਂ ਬੋਲ ਕੇ ਦੱਸਾਂ ਕਿਹੜੇ ਕਿਹੜੇ ਨੂੰ, ਉੱਤੋਂ ਦੀ ਕਿਰਪਾਨਾਂ ਫਬਦੀਆਂ ਤੁਹਾਡੇ 'ਤੇ ਗੁੱਟਾਂ 'ਚ ਸਰਬ ਲੋਹ ਦੇ ਕੜੇ ਆ, ਜੰਨਾਂ ਤੁਹਾਡੀਆਂ 'ਚ ਘੋੜੀਆਂ ਨੱਚਦੀਆਂ, ਘੋੜੀਆਂ 'ਤੇ ਕੋਠੀਆਂ 'ਚ 69 ਖੜੇ ਆ, ਅੱਖਾਂ ਦੀ ਲਾਲੀ ਗਵਾਹੀ ਭਰਦੀ ਆ ਤੁਹਾਡੀ ਜਿਉਂਦੀ ਅਤੇ ਜਾਗਦੀ ਅਣਖ ਦੀ, ਕਿੱਲੇ 'ਚੋਂ 11 ਫੁੱਟੀ ਭਰੀ ਆ ਤੁਸੀਂ ਜੀਰੋ ਡਰਿੱਲ ਨਾਲ ਬੀਜੀ ਕਣਕ ਦੀ, ਕੌਮ ਨਾਲ ਟੱਕਰਾਂ ਲੈਣ ਵਾਲੇ ਤੁਸੀਂ ਰੱਖਤੇ ਆ ਪੁਰਾਣੇ ਸਵਾਟਰ ਰੰਗੂ ਦੇੜ ਕੇ, $3,500 ਲੱਗ ਗਿਆ ਤੁਹਾਡੇ ਹਰਜੀਤ ਦੀ ਰੇਡ 'ਤੇ, ਪਿਆਰ ਮਿਲਣਾ ਨਹੀਂ ਦੁਨੀਆਂ 'ਚ ਤੁਹਾਡੇ ਪਿਆਰ ਵਰਗਾ ਅਤੇ ਮਿਲਣਾ ਵੈਰ ਵੀ ਨਹੀਂ ਦੁਨੀਆਂ 'ਚ ਤੁਹਾਡੇ ਵੈਰ ਵਰਗਾ, ਤੁਸੀਂ ਖਾਨ ਵਜੀਦਾ ਸੈੱਟ ਲਿਆ ਤੁਹਾਡਾ ਖੜਕਾ ਪੱਕੀ ਦੇ ਫੈਰ ਵਰਗਾ, ਹਿੱਕਾਂ 'ਚ ਗੋਲੀਆਂ ਖਾ ਲਈਆਂ ਤੁਸੀਂ ਪਰ ਚੱਲਣ ਨਹੀਂ ਦਿੱਤਾ ਸਵਾਈ ਅਲ ਨਹਿਰ ਨੂੰ, 21 ਸਾਲਾਂ ਬਾਅਦ ਸੈੱਟ ਲਿਆ ਤੁਸੀਂ ਲੰਡਨ 'ਚ ਜਾ ਕੇ ਡਾਇਰ ਨੂੰ, ਹੀਰੇ ਵਰਗਾ ਯੋਧਾ ਪਿੰਡਰਾਂ ਵਾਲਾ ਪਰਮਾਤਮਾ ਨੇ ਝੋਲੀ ਪਾਇਆ ਤੁਹਾਡੀ, ਕੱਚਿਆਂ ਖੂੜਿਆਂ 'ਚੋਂ ਜਨਮ ਲੈ ਕੇ ਮਹਿਲਾਂ ਵਾਲਾਂ ਦੀ ਲਵਾ ਗਿਆ ਗੋਡੀ, ਅਣਖਾਂ ਦੀ ਖਾਤਰ ਨੱਚੇ ਆ ਤੁਸੀਂ ਨੰਗੀ ਤਲਵਾਰ 'ਤੇ, ਕੇਸਰੀ ਝੰਡੇ ਗੱਡੇ ਆ ਤੁਸੀਂ ਕਾਬਲ ਕੰਧਾਰ 'ਤੇ, ਅੱਜ ਵੀ ਗਾਡਰ ਵਰਗੇ ਜਿਗਰੇ ਆ ਤੁਹਾਡੇ ਭਾਵੇਂ ਪੈਰ ਪੈਰ 'ਤੇ ਪੈ ਗਈਆਂ ਮਾਰਾਂ, ਤੁਹਾਡੀ ਹਿੱਕ 'ਚ ਵੱਜ ਕੇ ਖੁੱਢੀਆਂ ਹੋਈਆਂ ਦੁਸ਼ਮਣ ਦੀਆਂ ਤਿੱਖੀਆਂ ਤਲਵਾਰਾਂ, ਫਾਂਸੀ ਦੇ ਰੱਸੇ ਚੁੰਮ ਕੇ ਤੁਸੀਂ ਤੋੜਿਆ ਗੁਲਾਮੀ ਦੇ ਸੰਗਲ ਨੂੰ, ਤੰਗਲੀ ਜੱਡੇ ਨੇਜੇ 'ਤੇ ਤੁਸੀਂ ਟੰਗ ਲਿਆ ਮੱਸੇ ਰੰਗੜ ਨੂੰ, ਸਲੂਟ ਵੱਜਦੇ ਆ ਸਲੂਟ ਤੁਹਾਨੂੰ ਜਦੋਂ ਉਤਰਦੇ ਆ ਤੁਸੀਂ, ਸਲੂਟ ਵੱਜਦੇ ਆ ਸਲੂਟ ਤੁਹਾਨੂੰ ਜਦੋਂ ਚਲਾਉਂਦੇ ਆ ਤੁਸੀਂ ਰੋਇਲ ਰੋਜ਼ ਕਾਰਾਂ ਨੂੰ, ਹੱਸਦੀ ਵੱਸਦੀ ਰਹੇ ਕੌਮ ਰੰਡਿਆਲੇ ਵਾਲਿਆਂ 'ਤੇ ਸੌਦੇ ਲਾਉਂਦੀ ਰਹੇ ਗਦਾਰਾਂ ਨੂੰ। ਕਿਆ ਬਾਤ ਹੈ, ਕਿਆ ਬਾਤ ਹੈ ਬਾਈ ਜੀ, ਸਾਡੀਆਂ ਇਹ ਗੱਲਾਂ ਮੈਂ ਸੋਚ ਆਮ ਹੀ ਸੋਚਦਾ ਨਾ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਆਉਂਦੀਆਂ। ਰਾਜਵਿੰਦਰ, ਇੱਕ ਗੱਲ ਵੇਖੀ ਕਿ ਲੋਕ ਸਾਹਮਣੇ ਆਉਣ ਲਈ ਆਪਣੀ ਐਡ ਕਰਦੇ ਨੇ, ਮਸ਼ਹੂਰੀ ਕਰਦੇ ਨੇ, ਅਲੱਗ ਅਲੱਗ ਕੰਪਨੀਆਂ ਦੁਆਰਾ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਆਰਟਿਸਟ ਨੇ, ਕਲਾਕਾਰ ਨੇ, ਪਰ ਰਾਜਵਿੰਦਰ ਦੀਆਂ ਲੱਖਾਂ 'ਚ ਜਿਹੜੇ ਵਿਊ ਹੋ ਜਾਂਦੇ ਇੱਕ ਇੱਕ ਟੋਟਕੇ ਦੇ, ਇਹ ਪਰਮਾਤਮਾ ਦੀ ਬਖਸ਼ਿਸ਼ ਆ ਜਿਹੜੀ ਮੇਰੇ ਖਿਆਲ ਤੁਹਾਡੇ 'ਤੇ ਬਹੁਤ ਵੱਡੀ ਗੱਲ, 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਆ ਜੀ। ਜਿਹੜਾ ਆਪਣਾ ਪੇਜ ਵੀ ਚੱਲ ਰਿਹਾ ਅੱਜ ਤੱਕ ਆਪਾਂ ਕਦੇ ਉਹਨੂੰ ਸ਼ੇਅਰ ਨਹੀਂ ਕੀਤਾ, ਜਿਹੜਾ ਫਸਟ ਦੇ ਵਿੱਚ ਬਣਾ ਤਾ ਮੈਨੂੰ ਚੇਤਾ, ਅਸੀਂ ਟਰੱਕਾਂ 'ਤੇ ਸ਼ੇਅਰ ਬੋਲਿਆ ਸੀ, ਜੌਬਲਨ ਸ਼ਹਿਰ ਪੈਂਦਾ ਮਸੂਰੀ ਦੇ ਵਿੱਚ 44 'ਤੇ, ਅਤੇ ਉੱਥੇ ਮੇਰੇ ਕੋਲ ਫੋਨ ਫੜਨ ਲਈ ਹੈ ਨਹੀਂ ਸੀ ਕੋਈ ਮੁੰਡਾ, ਅਤੇ ਉਹ ਦੂਜੇ ਪਾਸੇ ਮੁੰਡੇ ਪੈਟਰੋ ਟਰੱਕ ਸਟਾਪ ਤੋਂ ਆਏ, ਉਹਨਾਂ ਨੇ ਸਿਆਣ ਲਿਆ ਮੈਨੂੰ ਬਾਈ ਖੜਾ, ਅਤੇ ਮੈਂ ਕਿਹਾ ਯਾਰ ਵੀ ਹੁਣ ਤੁਸੀਂ ਆ ਤਾਂ ਗਏ ਹਾਂ ਅਤੇ ਆਪਾਂ ਸ਼ੇਅਰ ਲਿਖਿਆ ਨਵਾਂ ਪਾ ਦਈਏ, ਉਹਨਾਂ ਨੇ ਫੋਨ ਮੇਰਾ ਫੜਿਆ ਅਤੇ ਸਾਰੀ ਵੀਡੀਓ ਕਵਰੇਜ ਕੀਤੀ, ਅਤੇ ਉਹ ਫਿਰ ਮੁੰਡੇ ਨੇ ਮੈਨੂੰ ਕਿਹਾ, ਮੈਨੂੰ ਕਹਿੰਦਾ ਬ੍ਰਦਰ ਤੂੰ ਚੈਨਲ ਬਣਾ, ਆਪਣਾ ਯੂ ਆਪਣਾ ਪੇਜ ਬਣਾ। ਮੈਂ ਕਿਹਾ ਵੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਜ਼ਿਆਦਾ, ਅਤੇ ਮੈਂ ਪਾ ਦਿੰਦਾ, ਲੋਕ ਸੁਣਦੇ ਆ, ਪਿਆਰ ਸਤਿਕਾਰ ਦਿੰਦੇ ਆ, ਮੈਸੇਜ ਆਉਂਦੇ ਆ, ਆਪਾਂ ਫਿਰ ਪਾ ਦਿੰਦੇ ਹਾਂ। ਫਿਰ ਉਹ 250-300 ਮੀਲ ਦਾ ਸਫ਼ਰ ਆ ਮਸੂਰੀ ਸਟੇਟ ਦਾ, ਉਹ ਮੇਰੇ ਨਾਲ ਗਿਆ, ਇਕੱਠੇ ਟਰੱਕ ਸੀ, ਮਸੂਰੀ ਤੋਂ ਗਾਂਹ ਜਾ ਕੇ ਉਹ ਆਪਦੇ ਟਰੱਕ 'ਚ ਜਾ ਵੜਿਆ, ਉਹ ਟੀਮ ਚੱਲਦੇ ਸੀ, ਉਹਨੇ ਫਿਰ ਉਹ ਜਿਹੜਾ 300 ਮੀਲ ਦੇ ਸਫ਼ਰ ਦੇ ਵਿੱਚ ਮੇਰਾ ਚੈਨਲ ਆਪਣਾ ਸੋਰੀ ਪੇਜ ਬਣਾਇਆ, ਅਤੇ ਮਤਲਬ ਉਹਦਾ ਨਾਂ ਰੰਡਿਆਲਾ MGR ਅਸੀਂ ਰੱਖਿਆ, ਅਤੇ ਉਹ ਅੱਜ ਤੱਕ ਜਾਰੀ ਜਿਹੜਾ ਚੱਲਦਾ ਆ, ਅਤੇ ਆਲਮੋਸਟ 1.5 ਲੱਖ ਤੋਂ ਉੱਤੇ ਜਿਹੜੇ ਉਹਦੇ ਲਾਈਕ ਹੋਏ ਫੈਨ ਫੋਲੋਅਰ। ਹਾਂਜੀ ਹਾਂਜੀ, ਕਦੇ ਆਪਾਂ ਕੋਈ ਮਤਲਬ
ਉਹਦੇ ਲਈ ਐਡ ਨਹੀਂ ਕੀਤੀ ਕੁਛ ਹੋਰ ਨੇ, ਇਹ ਲੋਕਾਂ ਦਾ ਪਿਆਰ ਅਤੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਜੀ। ਰਾਜਵਿੰਦਰ, ਲੋਕਾਂ ਦਾ ਤੁਸੀਂ ਦੱਸਿਆ ਕਿ ਤੁਹਾਨੂੰ ਮੈਸੇਜ ਆਉਂਦੇ ਨੇ, ਤੁਹਾਡੀਆਂ ਉਤਸ਼ਾਹ ਦਿੰਦੇ ਨੇ, ਤੁਹਾਨੂੰ ਥਾਪੜਾ ਦਿੰਦੇ ਨੇ, ਮੰਗ ਵੀ ਆਉਂਦੀ ਹੈ ਕਦੇ ਕੋਈ ਅਜਿਹੀ ਚੀਜ਼ ਲਿਖੋ ਜਾਂ ਇਸ ਬਾਰੇ ਲਿਖੋ ਕੁਛ ਇੱਦਾਂ ਦਾ? ਹਾਂਜੀ ਆਉਂਦੀ ਰਹਿੰਦੀ ਜੀ ਮੰਗ ਸਮੇਂ ਸਮੇਂ 'ਤੇ ਪੱਖ ਦੇ ਮੁੱਦਿਆਂ 'ਤੇ, ਜਿਵੇਂ ਸਾਡੇ ਹੁਣ ਅਮੈਰੀਕਾ ਦੇ ਵਿੱਚ ਪਿੱਛੇ ਜੇ ਸਟ੍ਰਾਈਕ ਹੋਈ ਸੀ ਟਰੱਕਾਂ ਦੀ ਬਹੁਤ ਵੱਡੀ, ਤੁਸੀਂ ਉਹਦੇ ਵਿੱਚ ਵੀ ਭਾਗ ਲਿਆ? ਹਾਂਜੀ ਆਪਾਂ ਉਹਦੇ ਵਿੱਚ ਇਨਵੋਲਵ ਸੀਗੇ ਅਤੇ ਹੋਣਾ ਪੈਣਾ ਸੀ, ਕਿਉਂਕਿ ਜੇ ਹੁਣ ਆਪਾਂ ਟਰੈਕਿੰਗ 'ਤੇ ਬੋਲਦੇ ਹਾਂ ਇੱਕ ਪਾਸੇ ਅਸੀਂ ਕਹਿੰਦੇ ਵੀ ਸੀ ਸਾਡੇ ਬਲੱਡ 'ਚ ਟਰੈਕਿੰਗ ਆ, ਅਤੇ ਕੱਲ੍ਹ ਨੂੰ ਟਰੈਕਿੰਗ ਦੀ ਕੋਈ ਗੱਲ ਚੱਲਦੀ, ਕੋਈ ਭੀੜ ਪੈਂਦੀ ਜਾਂ ਕੁਛ ਵੀ ਆ, ਉਦੋਂ ਅਸੀਂ ਪਾਸੇ ਲੰਘ ਜਾਈਏ ਫਿਰ ਚੰਗੀਆਂ ਗੱਲਾਂ ਨੀਗੀਆਂ, ਅਤੇ ਉਦੋਂ ਫਿਰ ਉਹ ਜਿਹੜੇ ਜਿਵੇਂ ਜਿਵੇਂ ਮੁੱਦੇ ਆਉਂਦੇ ਆ ਆਪਾਂ ਟਰਾਈ ਕਰੀਦੀ ਵੀ ਉਹਨਾਂ 'ਤੇ ਬੋਲੀਏ। ਹਾਂਜੀ ਇੱਕ ਵਾਰ ਮੇਰਾ ਖਿਆਲ ਟੂਰਨਾਮੈਂਟ 'ਤੇ ਆਸ ਤੋਂ ਵੱਧ ਜਦੋਂ ਆਪਾਂ ਜਾਂਦੇ ਹਾਂ ਕਿਤੇ ਪਿਆਰ ਮਿਲ ਜੇ, ਅਤੇ ਕਈ ਵਾਰੀ ਆਰਥਿਕ ਤੌਰ 'ਤੇ ਵੀ ਚੰਗੀ ਜਿਹੜੀ ਦਰਸ਼ਕਾਂ ਦੁਆਰਾ ਮਾਣ ਸਨਮਾਨ ਮਿਲ ਜਾਂਦਾ, ਨਾਵਾਂ ਮਿਲ ਜਾਂਦਾ, ਨਾਮ ਮਿਲ ਜਾਂਦਾ, ਅਤੇ ਮੇਰਾ ਖਿਆਲ ਹਜ਼ਾਰਾਂ 'ਚ ਡਾਲਰ ਤੁਹਾਨੂੰ ਹੋ ਗਏ ਸੀਗੇ ਜਦੋਂ ਤੁਸੀਂ ਦਰਸ਼ਕਾਂ ਦੀਆਂ ਉਮੀਦਾਂ ਦੇ ਖਰੇ ਉਤਰੇ ਸੀ ਅਮੈਰੀਕਾ ਦੇ ਵਿੱਚ? ਹਾਂਜੀ ਇਹ ਬੈਕਰ ਸਪੀਡ ਸੀ ਜੀ ਟੂਰਨਾਮੈਂਟ, ਅਤੇ ਮੈਨੂੰ ਫਸਟ ਟਾਈਮ ਉਹਨਾਂ ਨੇ ਸੱਦਿਆ ਸੀ ਗੁਰੂ ਘਰ ਦੇ ਵਿੱਚ, ਗਰਾਊਂਡ ਦੇ ਵਿੱਚ ਟੂਰਨਾਮੈਂਟ ਹੁੰਦਾ ਇਹ, ਅਤੇ ਜਦੋਂ ਮੈਂ ਫਸਟ ਟਾਈਮ ਗਿਆ ਸੀਗਾ ਅਤੇ ਮੈਂ ਇੰਡੀਆਨਾ ਸੀ ਉਦੋਂ, ਅਤੇ ਮੈਂ ਟਰੱਕ, ਕਿਉਂਕਿ ਮੈਂ ਨਵਾਂ ਨਵਾਂ ਜੇ ਗਿਆ ਸੀ, ਤੁਹਾਨੂੰ ਪਤਾ ਜਦੋਂ ਆਪਾਂ ਨਵੇਂ ਜਾਂਦੇ ਤਾਂ ਤੁਹਾਨੂੰ ਸਟਰਗਲ ਬਹੁਤ ਜ਼ਿਆਦਾ ਕਰਨਾ ਪੈਂਦਾ, ਅਤੇ ਮੈਂ ਗੇੜਾ ਵੀ ਚੱਕਿਆ ਸੀ, ਮੈਂ ਕਿਹਾ ਚੱਲ ਮੈਂ ਉੱਧਰੋਂ ਵੀਕਐਂਡ 'ਤੇ ਮੁੜਿਆ ਆਉਣਾ ਅਤੇ ਵੀਕਐਂਡ 'ਤੇ ਆ ਕੇ ਨਾਲ ਟੂਰਨਾਮੈਂਟ ਲਾ ਦਿਆਂਗੇ। ਮੇਰਾ ਚੌਕਲੇਟਾਂ ਦਾ ਲੋਡ ਚੱਕਿਆ ਸੀ ਉਦੋਂ, ਮੈਨੂੰ ਪੂਰਾ ਚੀਤਾ ਇੰਡੀਆਨਾ 'ਚੋਂ ਮੈਂ ਚੱਕ ਕੇ ਲਿਆ ਨੈਸਲੇ ਫੈਕਟਰੀ 'ਚੋਂ, ਅਤੇ ਸੈਚਰਡੇ ਮੈਂ ਰਾਤ ਨੂੰ ਆ ਕੇ ਟਰੱਕ ਪਾਰਕ ਕਰਤਾ ਬੈਕਰ ਸਪੀਡ, ਸੰਡੇ ਨੂੰ ਟੂਰਨਾਮੈਂਟ ਸੀਗਾ, ਅਤੇ ਉਦੋਂ ਇੱਥੇ ਘਰ ਵੀ ਕੰਮ ਚੱਲਦਾ ਸੀਗਾ ਸਾਰਾ, ਮਿਸਤਰੀ ਲੱਗੇ ਹੋਏ ਸੀਗੇ, ਉਦੋਂ ਚਾਰ ਕੁ ਦਿਨ ਪਹਿਲਾਂ ਮੈਂ $8,800 ਇੱਧਰ ਨੂੰ ਪਾਇਆ, ਟਰੱਕ ਦੀ ਟਰੇਲੇ ਦੀ ਕਿਸ਼ਤ ਕੱਟੀ, ਅਤੇ ਡਿਸਪੈਚਰ ਤੋਂ ਹਜੇ ਪੈਸੇ ਲੈਣੇ ਸੀ, ਅਤੇ ਮੇਰੇ ਅਕਾਊਂਟ ਦੇ ਵਿੱਚ $270 ਸੀ। ਮੇਰਾ ਫਰੈਂਡ ਆ ਮੁੰਡਾ ਕੁਲਦੀਪ ਮਾਨ, ਇੰਡੀਆਨਾ ਰਹਿੰਦਾ, ਅਤੇ ਉਹਨੂੰ ਮੈਂ ਕਿਹਾ ਕੁਲਦੀਪ ਟੀ ਚੈੱਕ ਲਿਖਾ 100 ਦਾ ਯਾਰ, 200 ਦਾ, ਕਹਿੰਦਾ ਕੀ ਕਰਨਾ? ਮੈਂ ਕਿਹਾ ਟੂਰਨਾਮੈਂਟ 'ਤੇ ਜਾਣਾ, ਕੁਛ ਪੈਸੇ ਕੋਲ ਚਾਹੀਦੇ ਆ, ਅਤੇ ਉਦੋਂ ਜਾਣੀ ਮੈਂ ਕਹਿ ਸਕਦਾ ਵੀ ਸਣੇ ਅਕਾਊਂਟ ਪਾ ਕੇ $400 ਹੋਊਗਾ, ਪਰ ਜਦੋਂ ਮੈਂ ਗਰਾਊਂਡ 'ਚੋਂ ਨਿਕਲਿਆ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ, $7,200 ਪਲੱਸ ਸੀਗੇ, ਕੁਛ ਦਸਾਂ ਵੀਹਾਂ ਦੇ ਉੱਤੇ ਸੀ, ਅਤੇ $7,200 ਮੈਂ ਮਤਲਬ ਬੈਕਰ ਸਪੀਡ ਤੋਂ, ਮਤਲਬ ਲੋਕਾਂ ਨੇ ਗੱਲਾਂ ਸੁਣ ਕੇ, ਇਹ ਨਹੀਂ ਕਿ ਮੈਂ ਕਿਸੇ ਦਾ ਨਾਂ ਬੋਲ ਕੇ ਵਾਰ ਵਾਰ ਪ੍ਰਮੋਟਰ ਦਾ ਉਹ ਤੋਂ ਲਏ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਲੋਕਾਂ ਨੇ ਗੱਲਾਂ ਸੁਣ ਕੇ, ਕਮੈਂਟਰੀ ਸੁਣ ਕੇ ਪਿਆਰ ਸਤਿਕਾਰ ਦਿੱਤਾ ਸੀ। ਇਵੇਂ ਇੱਕ ਵਾਰ ਯੂਬਾ ਸਿਟੀ ਹੋਇਆ ਸੀਗਾ ਟੂਰਨਾਮੈਂਟ 'ਤੇ, ਉੱਥੇ ਵੀ ਆਲਮੋਸਟ ਮੈਂ $6,500 ਪਲੱਸ ਗਿਆ ਸੀਗਾ ਵਿਦਆਊਟ ਉਹਨਾਂ ਦੇ ਮਾਣ ਸਤਿਕਾਰ ਤੋਂ ਜਿਹੜਾ ਲੋਕਾਂ ਨੇ ਦਿੱਤਾ ਸੀ। ਹਾਂਜੀ ਇੱਕ ਆਮ ਬੰਦੇ ਸੀ ਉਹ, ਇੱਕ ਤਾਂ ਹੁੰਦਾ ਨਾ ਪ੍ਰਮੋਟਰ ਬੰਦਾ ਕਹਿੰਦਾ ਵੀ ਮੇਰਾ ਬੋਲਿਆ ਅਤੇ ਮੈਂ ਇਹਨੂੰ ਜੇ ਹੁਣ 100 ਦਊਂਗਾ ਗਾਂਹ ਵਾਲੇ ਮੇਲੇ 'ਤੇ ਫਿਰ ਬੋਲੂਗਾ, ਉਹ ਆਮ ਬੰਦੇ ਜਿਹੜੇ ਸਟੋਰਾਂ 'ਤੇ ਕੰਮ ਕਰਨ ਵਾਲੇ ਜਾਂ ਟਰੱਕ ਚਲਾਉਣ ਵਾਲੇ ਬੰਦੇ ਉਹਨਾਂ ਨੇ ਦਿੱਤਾ। ਹਾਂਜੀ ਰੰਡਿਆਲੇ ਵਾਲੇ ਦੀ ਜ਼ਿੰਦਗੀ ਦੇ ਵਿੱਚ ਹੋਰ ਕਿਹਦਾ ਕਿਹਦਾ ਖਾਸ ਸਹਿਯੋਗ ਰਿਹਾ ਜਿਹਦੇ ਕਰਕੇ ਆਪਾਂ ਅੱਜ ਇਸ ਮੁਕਾਮ ਤੱਕ ਪੁੱਜੇ ਹਾਂ? ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਮੇਰੇ ਨਾਨਾ ਜੀ ਸ਼ਹੀਦ ਮਲਕੀਤ ਸਿੰਘ ਮੱਲ, ਸ਼ਹੀਦ ਮੈਂ ਇਸ ਕਰਕੇ ਲਾਇਆ ਕਿਉਂਕਿ ਮੂਵਮੈਂਟ ਦੇ ਦੌਰਾਨ ਮੋਗੇ ਬੀਬੀ ਕਾਨਕੌਰ ਦੇ ਗੁਰਦੁਆਰੇ ਗੋਲੀ ਚੱਲੀ, ਉੱਥੇ ਉਹ ਸ਼ਹੀਦ ਹੋਏ, ਨਾਲ ਹੋਰ 12 ਬੰਦੇ ਸੀਗੇ, ਅਤੇ ਜਦੋਂ ਮੇਰਾ ਬਰਥ ਹੋਇਆ ਮੈਂ ਬਹੁਤ ਜ਼ਿਆਦਾ ਸਿੱਖ ਸੀਗਾ ਜਨਮ ਤੋਂ ਹੀ, ਬਲੱਡ ਦੀ ਘਾਟ ਸੀ, ਅਤੇ ਮਤਲਬ ਉਦੋਂ ਬਲੱਡ ਬੈਂਕ ਇੰਨੇ ਹੁੰਦੇ ਨਹੀਂ ਸੀਗੇ, 83 ਦੀਆਂ ਗੱਲਾਂ, ਅਤੇ ਮੇਰੇ ਜਿਹੜਾ ਨਾਨਾ ਜੀ ਦਾ ਖੂਨ ਆ ਉਹ ਮੈਨੂੰ ਮਤਲਬ ਫਿੱਟ ਬੈਠਾ ਸੀਗਾ, ਅਤੇ ਉਹਨਾਂ ਨੇ ਮੈਨੂੰ ਲੱਗਦਾ ਵੀ ਉਦੋਂ ਘਰ ਦੇ ਦੱਸਦੇ ਵੀ 2.5 ਬੋਤਲਾਂ ਜਿਹੜੀਆਂ ਦਿੱਤੀਆਂ, ਅਤੇ ਹੌਲੀ ਹੌਲੀ ਜਿਵੇਂ ਮੈਂ ਡੇ ਬਾਏ ਡੇ ਮਤਲਬ ਗੈਟਅਪ ਕੀਤੀ, ਅਤੇ ਵੱਡਾ ਯੋਗਦਾਨ ਜਿਵੇਂ ਉੱਥੋਂ ਚੱਲਿਆ ਜੇ ਮਤਲਬ ਮੈਨੂੰ ਜ਼ਿੰਦਗੀ ਕਹਿ ਸਕਦੇ ਮਿਲੀ ਉਹਨਾਂ ਤੋਂ, ਫਿਰ ਹੌਲੀ ਹੌਲੀ ਮਤਲਬ ਫਾਦਰ ਸਾਹਿਬ ਮੇਰੇ ਮਦਰ ਅਤੇ ਗੁਰਮੇਲ ਸਿੰਘ ਜੀ ਮੇਰੇ ਫਾਦਰ ਸਾਹਿਬ ਉਹਨਾਂ ਨੇ ਮਤਲਬ ਇਹੀ ਚੰਗੀਆਂ ਨਸੀਹਤਾਂ ਦਿੱਤੀਆਂ, ਅਤੇ ਫਿਰ ਜਦੋਂ ਅਮੈਰੀਕਾ ਚਲਿਆ ਗਿਆ 2007 ਦੇ ਵਿੱਚ, ਉੱਥੇ ਮੇਰੇ ਮਾਮਾ ਜੀ ਢੁੱਡੀ ਗਿਆ ਪਿੰਡ ਆ ਉਹਨਾਂ ਦਾ,
ਸਰਦਾਰ ਟਿੱਕਾ ਸਿੰਘ, ਉਹਨਾਂ ਨੇ ਮੈਨੂੰ ਸੱਦਿਆ ਉੱਥੇ ਅਮੈਰੀਕਾ ਦੇ ਵਿੱਚ, ਅਤੇ ਉਹ ਸਾਰਾ ਸਾਡਾ ਪਰਿਵਾਰ, ਮੇਰੇ ਕਜ਼ਨ ਸ਼ਮਿੰਦਰ, ਲੱਖੀ, ਦਿਲਰਾਜ, ਸਾਰੇ ਮੇਰੇ ਅਸੀਂ ਭਰਾ ਵਾਂਗੂ ਰਹੇ ਉੱਥੇ। ਅਤੇ ਟਰੈਕਿੰਗ ਦੇ ਵਿੱਚ ਨਾਲ ਜਿਵੇਂ ਬੰਦਿਆਂ ਨੇ ਵਧੀਆ ਸੁਜੈਸ਼ਨ ਦਿੱਤੀ, ਵਧੀਆ ਰਾਏ ਦਿੱਤੀ ਮੋੜ ਮੋੜ 'ਤੇ, ਉਹਨਾਂ 'ਚ ਮੇਰਾ ਫਰੈਂਡ ਜਗਮੀਤ ਮੁੰਡਾ ਧਾਲੀਵਾਲ, ਉਹ ਵਾਸ਼ਿੰਗਟਨ ਰਹਿੰਦਾ, ਅਤੇ ਸਾਡੇ ਬੈਂਸ ਟਰੈਕਿੰਗ ਆ ਸੈਕਰਾਮੈਂਟੋ, ਸੋਢੀ ਬੈਂਸ, ਹਰਪ੍ਰੀਤ ਬੈਂਸ, ਆਪਣੇ ਚੰਗੇ ਸੱਜਣ ਮਿੱਤਰ ਆ, ਉਹਨਾਂ ਨੇ ਆਪਾਂ ਨੂੰ ਬਹੁਤ ਸਪੋਰਟ ਕੀਤੀ। ਇਹ ਮਤਲਬ ਨਾਮੀ ਜਿਹੜੇ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ, ਮਤਲਬ 11 ਦੇ ਟਰੱਕ ਚੱਲਦੇ ਆ ਅਤੇ 11 ਦੀਆਂ ਜਾਰੀਆਂ ਪਕਾਈਆਂ ਜਾ ਰਹੀਆਂ। ਹਾਂਜੀ ਅਤੇ ਰੰਡਿਆਲੇ ਵਾਲੇ ਦੀ ਜਿਹੜੀ ਗੱਲਬਾਤ ਆ ਉਹ ਦਰਸ਼ਕਾਂ ਦੇ ਵਿੱਚ ਅੱਜ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਆ। ਮੈਂ ਕਹਿੰਦਾ ਜਿਹੜੇ ਪਿੰਡਾਂ 'ਚ ਉੱਠ ਕੇ ਗਏ ਹਾਂ ਉਹ ਪਿੰਡਾਂ ਦੀ ਆਪਾਂ ਜਾਂਦੇ ਜਾਂਦੇ ਦਰਸ਼ਕਾਂ ਦੇ ਨਾਲ ਗੱਲ ਆਪਾਂ ਇੱਕ ਸ਼ੇਅਰ ਦੇ ਰੂਪ ਦੇ ਵਿੱਚ ਕਰੀਏ। ਹਾਂਜੀ, ਪਿੰਡ ਆ ਜੀ ਜਿਹੜੇ ਆਪਣੇ, ਭਾਵੇਂ ਬਾਹਰਲੇ ਮੁਲਕਾਂ 'ਚ ਆਪਾਂ ਜਾ ਵੜੇ ਹਾਂ, ਪਰ ਮੈਂ ਇਹੀ ਆਖੂੰਗਾ ਕਿ ਜਿਹੜਾ ਪਿੰਡ ਆ ਉਹਦਾ ਭੁੱਲਣਾ ਨਹੀਂ ਚਾਹੀਦਾ। ਇੱਥੋਂ ਆਪਾਂ ਉੱਠ ਕੇ ਗਏ ਹਾਂ, ਜਦੋਂ ਆਪਾਂ, ਕਿਉਂਕਿ ਜੇ ਕੋਈ ਲੰਮਾ ਦਰਖਤ ਖਜੂਰ ਦਾ ਖੜਾ, ਉਹ ਖੜਾ ਇਸ ਕਰਕੇ ਆ ਕਿ ਉਹਦੀ ਜੜ੍ਹ ਧਰਤੀ 'ਚ, ਸੋ ਪਿੰਡ ਨਹੀਂ ਭੁੱਲਣਾ ਚਾਹੀਦਾ। ਪਿੰਡਾਂ ਦੇ ਮੈਂ ਕੁਛ ਲਾਈਨਾਂ ਲਿਖੀਆਂ। ਉਹ ਪਿੰਡ ਮੇਰਾ ਜਿੱਥੇ ਝੂਲਦੇ ਆ ਖਾਲਸੇ ਦੇ ਨਿਸ਼ਾਨ, ਉਹ ਪਿੰਡ ਮੇਰਾ ਜਿੱਥੋਂ ਦੇ ਗੱਭਰੂਆਂ ਦੇ ਡੌਲਿਆਂ ਪੱਟਾਂ ਵਿੱਚ ਜਾਣ, ਉਹ ਪਿੰਡ ਮੇਰਾ ਜਿੱਥੇ ਘਰ ਘਰ ਖੜੀਆਂ 18 ਚੱਕੀਆਂ, ਉਹ ਪਿੰਡ ਮੇਰਾ ਜਿੱਥੇ ਵੱਸਦੀਆਂ ਮਿਹਨਤੀ ਦੇ ਸਿਰੜੀ ਜੱਟੀਆਂ, ਉਹ ਪਿੰਡ ਮੇਰਾ ਜਿੱਥੇ ਸਿਰ ਤੋਂ ਝੋਨੇ ਨਹੀਂ ਲਾਉਂਦੀਆਂ ਨਾਰਾਂ, ਉਹ ਪਿੰਡ ਮੇਰਾ ਜਿੱਥੇ ਢਾਡੀ ਗਾਉਂਦੇ ਆ ਮਰਦਾਂ ਦੀਆਂ ਵਾਰਾਂ, ਉਹ ਪਿੰਡ ਮੇਰਾ ਜਵਾਨੀ ਜਿੱਥੋਂ ਦੀ ਗੱਲਾਂ ਭਗਤ ਸਿੰਘ ਦੀਆਂ ਕਰਦੀ ਆ, ਉਹ ਪਿੰਡ ਮੇਰਾ ਜਿੱਥੇ ਕਿੱਲੇ 'ਚੋਂ ਬਿਲਕੇ ਵਾਲੀ ਭਰਦੀ ਆ, ਉਹ ਪਿੰਡ ਮੇਰਾ ਜਿੱਥੇ ਹਰ ਇੱਕ ਨੂੰ ਇਨਸਾਫ ਮਿਲਦਾ, ਉਹ ਪਿੰਡ ਮੇਰਾ ਜਿੱਥੇ ਕੈਂਸਰ ਵਰਗੀ ਕੋਈ ਚੀਜ਼ ਨਹੀਂ, ਪਾਣੀ ਸ਼ੁੱਧ ਅਤੇ ਸਾਫ਼ ਮਿਲਦਾ, ਉਹ ਪਿੰਡ ਮੇਰਾ ਜਿੱਥੇ ਰੰਡਿਆਲੇ ਹੋਣੀ ਕੌਡੀ ਕਰਾਉਂਦੇ ਆ ਭਾਰੀ, ਉਹ ਪਿੰਡ ਮੇਰਾ ਜਿੱਥੇ 855 ਨੂੰ ਅੱਖਾਂ ਮਾਰਦੀ ਆ ਸਫਾਰੀ। ਵਾਹ ਜੀ ਵਾਹ, ਵਾਹ ਜੀ ਵਾਹ। ਰੰਡਿਆਲੇ ਵਾਲੇ ਦੇ ਇੰਨੇ ਜਿਹੜੇ ਸ਼ੇਅਰ ਨੇ ਉਹ ਦਰਸ਼ਕਾਂ ਨੇ ਪ੍ਰਵਾਨ ਕੀਤੇ ਨੇ, ਅਤੇ ਤੁਹਾਡੇ ਟੋਟਕੇ ਜਿਹੜੇ ਲੋਕਾਂ ਦੇ ਵਿੱਚ ਪੂਰੇ ਮਕਬੂਲ ਵੀ ਨੇ। ਹਾਂਜੀ, ਪਰ ਗੀਤਕਾਰੀ ਵੱਲ ਨਹੀਂ ਆਉਣ ਦਾ ਸੋਚਿਆ ਕਦੇ ਕਿ ਤੁਹਾਡਾ ਲਿਖਿਆ ਗਾਣਾ ਟਰੱਕਾਂ 'ਤੇ ਲਿਖਿਆ ਹੋਇਆ ਕੁਛ ਜਿਹੜਾ ਤੁਹਾਡਾ ਕੋਈ ਗਾਇਕ ਗਾਵੇ, ਕਿਉਂਕਿ ਟਰੱਕਾਂ ਵਾਲੇ ਗਾਣੇ ਵੀ ਬੜੇ ਮਕਬੂਲ ਹੋ ਰਹੇ ਨੇ। ਹਾਂਜੀ ਹਾਂਜੀ, ਇਹ ਜਿਹੜੇ ਜੀ ਜਿਹੜੀ ਤੁਸੀਂ ਟਰੱਕਾਂ ਦੇ ਗੀਤਾਂ ਦੀ ਗੱਲ ਕੀਤੀ ਆ, ਜਿਵੇਂ ਸ਼ੇਅਰ ਆਪਾਂ ਬਹੁਤ ਬੋਲੇ ਆ, ਪਰ ਗੀਤਾਂ ਦਾ ਦੌਰ ਵੀ ਹੁਣ ਜਿਵੇਂ ਪਿਛਲੇ ਸਮੇਂ ਤੋਂ ਇਹ ਚੱਲਿਆ, ਅਤੇ ਜਿੰਮੀ ਕਲੇਅਰ ਮੁੰਡਾ ਜਿਹੜਾ ਸਿੰਗਰ ਆਪਣੇ ਇੰਡੀਆ ਤੋਂ, ਉਹਨਾਂ ਨੇ ਆਪਣੇ ਜਿਹੜੇ ਸ਼ੇਅਰ ਬੋਲੇ ਸੀ ਉਹ ਸ਼ੇਅਰਾਂ ਦੀਆਂ ਲਾਈਨਾਂ ਪਿੱਕ ਕਰ ਕਰਕੇ ਉਹਨੂੰ ਗੀਤ ਦਾ ਰੂਪ ਦਿੱਤਾ, ਅਤੇ ਮੇਰੇ ਨਾਲ ਕੰਟੈਕਟ ਕੀਤਾ ਉਹਨਾਂ ਨੇ, ਕਹਿੰਦਾ ਬਾਈ ਸੁਣ ਕੇ ਦੇਖ ਤੂੰ, ਅਤੇ ਬੜੀ ਵਧੀਆ ਉਹਨਾਂ ਦੀ ਆਵਾਜ਼ ਜਿਹੜਾ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ, ਅਤੇ ਮੈਨੂੰ ਲੋਕਾਂ ਦੇ ਫੋਨ ਆਉਂਦੇ ਸੀ ਕਹਿੰਦੇ ਬਾਈ ਗੀਤ ਤੇਰਾ ਲਿਖਿਆ, ਬਈ ਸਾਰੀਆਂ ਗੱਲਾਂ ਤੇਰੀਆਂ, ਮੈਂ ਕਿਹਾ ਨਹੀਂ ਆਪਣਾ ਨਹੀਂ ਲਿਖਿਆ, ਗੀਤ ਜਿੰਮੀ ਦਾ ਹੀ ਲਿਖਿਆ। ਅਤੇ ਉੱਥੋਂ ਫਿਰ ਜਿਵੇਂ ਗੀਤ ਪਹਿਲਾਂ ਦੀ ਮੈਂ ਲਿਖਦਾ ਸੀ, ਅਤੇ ਮਤਲਬ ਰੂਬਰੂ ਨਹੀਂ ਕਿਸੇ ਦੇ ਹੋਇਆ ਸੀ, ਫਿਰ ਸੁਰਜੀਤ ਖਾਨ ਜੀ ਨੇ ਮੇਰੇ ਨਾਲ ਕੰਟੈਕਟ ਕੀਤਾ ਅਮੈਰੀਕਾ ਦੇ ਵਿੱਚ, ਉਹਨਾਂ ਦਾ ਪਿੱਛੇ ਜਿਹੇ ਗੀਤ ਆਇਆ ਬਾਹਰਲਿਆਂ ਮੁਲਕਾਂ 'ਚ, ਦੇਖ ਲਿਆ ਟਰੱਕਾਂ ਵਾਲੇ ਕਰਕੇ ਤਰੱਕੀਆਂ, ਉਹਦੇ ਵਿੱਚ ਆਪਣੇ ਟਰੱਕ ਦੀ ਜਿਹੜੀ ਵੀਡੀਓ ਲਈ ਗਈ ਨਾਲ ਆਪਾਂ ਸ਼ੂਟ ਕੀਤਾ, ਅਤੇ ਹੁਣ ਉਹ ਗੀਤ ਵੀ ਆਪਾਂ ਨੇ ਲਿਖਿਆ ਸੀ, ਕਿੰਗ ਗਰੇਵਾਲ ਨੇ ਲਿਖਿਆ ਸੀ, ਪਰ ਆਪਾਂ ਉਹਦੇ ਵਿੱਚ ਵੀਡੀਓ 'ਚ ਆਪਣਾ ਰੋਲ ਆਇਆ ਹੋਇਆ ਆਪਣੇ ਟਰੱਕ ਦਾ ਆਇਆ। ਅਤੇ ਬਹੁਤ ਮੈਨੂੰ ਸੱਜਣ ਮਿੱਤਰ ਕਹਿੰਦੇ ਸੀ ਕਿ ਤੂੰ ਵੀ ਲਿਖ, ਤੂੰ ਵੀ ਟਰੱਕਾਂ 'ਤੇ ਲਿਖ ਸਕਦਾ, ਅਤੇ ਹੁਣ ਆਪਣਾ ਗੀਤ ਜਿਹੜਾ ਟਰੈਕਿੰਗ ਵਾਲਾ ਉਹ ਆਲਮੋਸਟ ਰਿਕਾਰਡ ਹੋਇਆ, ਅਤੇ ਮੈਂ ਸਮਝਦਾ ਵੀ ਬੜਾ ਮੈਂ ਲੱਕੀ ਹਾਂ, ਪੰਜਾਬ ਦੀ ਨਾਮੀ ਆਵਾਜ਼ ਬੀਤ ਬਲਜੀਤ ਕੌਂਕੇ, ਅਤੇ ਉਹਨਾਂ ਨੇ ਰਿਕਾਰਡ ਕਰਾਇਆ, ਉਹ ਜਲਦੀ ਮਤਲਬ ਪੰਜਾਬੀਆਂ ਦੇ ਰੂਬਰੂ ਹੋਊਗਾ ਟਰੱਕਾਂ 'ਤੇ, ਬੜਾ ਪਿਆਰਾ ਗੀਤ ਜਿਹੜਾ ਆਪਣਾ ਲਿਖਿਆ ਹੋਇਆ ਔਰ ਬੀਤ ਬਲਜੀਤ ਗਾ ਰਿਹਾ। ਕਹਿਣ ਦਾ ਭਾਵ ਇਹ ਵੀ ਕਸਰ ਜਿਹੜੀ ਕੱਢਤੀ, ਹਾਂਜੀ ਪਰਮਾਤਮਾ ਕਢਾਉਂਦਾ ਜੀ। ਚਲੋ ਜੀ, ਸੋ ਸਾਡੀ ਵੀ ਪਰਮਾਤਮਾ ਅੱਗੇ ਰਾਜਵਿੰਦਰ ਇਹੀ ਦੁਆ ਕਿ ਤੁਹਾਡਾ ਰੰਡਿਆਲੇ ਵਾਲੇ ਦਾ ਜਿਹੜੇ ਕਹੇ ਹੋਏ ਸ਼ੇਰ ਨੇ ਇਸੇ ਤਰ੍ਹਾਂ ਪੰਜਾਬੀਆਂ ਦਾ ਜਿਹੜਾ ਮਨ ਪਰਚਾਵਾ ਕਰਦੇ ਰਹਿਣ। ਤੁਸੀਂ newsnumber.com ਨੂੰ ਟਾਈਮ ਦਿੱਤਾ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਰਾਜਵਿੰਦਰ ਰੰਡਿਆਲਾ, ਕਿਉਂਕਿ ਦਰਸ਼ਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਰਾਜਵਿੰਦਰ ਰੰਡਿਆਲਾ ਨੂੰ ਜਿਹੜਾ ਉਹ newsnumber.com ਦੇ ਜ਼ਰੀਏ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇ। ਸਾਡੀ ਅੱਜ ਦੀ ਇਹ ਕੋਸ਼ਿਸ਼ ਕਿਹੋ ਜਿਹੀ ਲੱਗੀ,
ਬਿੱਟੂ ਚੱਕ ਵਾਲੇ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਆਪਣਾ ਜਿਹੜਾ ਫੀਡਬੈਕ ਹੈ newsnumber.com 'ਤੇ ਜ਼ਰੂਰ ਦੇਣਾ। ਧੰਨਵਾਦ।